ਸ਼ਲੋਕ ਮਹੱਲਾ ਪੰਜਵਾਂ। ਆਪੇ ਵੈਦ ਆਪ ਨਾਰਾਇਣ, ਇਹ ਵੈਦ ਜੀ ਕਾ ਦੁੱਖ ਲਾਇਣ। ਆਪੇ ਵੈਦ, ਵੈਦ ਆਪੇ ਹੀ ਹੈ, ਇਹ ਅੰਦਰਲਾ ਵੈਦ ਹੈ, ਬਾਹਰ ਮਰੀਜ਼ ਹੈ। ਉਹ ਮਨ ਮਰੀਜ਼ ਹੈ, ਮਨ ਨੂੰ ਹੁੰਦੇ ਹੈ, ਚਿੱਤ ਵੈਦ ਹੈ, ਵੈਦ ਵੀ ਆਪੇ ਹੀ ਹੈ। ਆਪੇ ਵੈਦ ਆਪ ਨਾਰਾਇਣ, ਨਾਰਾਇਣ ਵੀ ਆਪੇ ਹੈ ਅੰਦਰਲਾ, ਜਿਹੜਾ ਵੈਦ ਹੈ ਉਹੀ ਨਾਰਾਇਣ ਹੈ। ਇਹ ਵੈਦ ਜੀ ਕਾ ਦੁੱਖ ਲਾਇਣ, ਇਹ ਜੀ ਨੂੰ ਦੁੱਖ ਲਾ ਵੀ ਸਕਦਾ, ਜੀ ਦਾ ਦੁੱਖ ਦੂਰ ਵੀ ਕਰ ਸਕਦਾ। ਵੈਦ ਜੇ ਚਾਹੇ ਤਾਂ ਜੀ ਦਾ ਦੁੱਖ ਦੂਰ ਕਰ ਦੇਵੇ, ਵੈਦ ਜੇ ਚਾਹੇ ਤਾਂ ਜੀ ਨੂੰ ਦੁੱਖ ਹੋਰ ਲਾ ਦੇਵੇ। ਇਹ ਵੈਦ ਜੀ ਨੂੰ ਦੁੱਖ ਲਾਉਣ ਵਾਲਾ, ਅੰਤਰਾਤਮਾ ਜੀ ਨੂੰ ਦੁੱਖ ਲਾਉਂਦੀ ਹੈ, ਅੰਤਰਾਤਮਾ ਹੀ ਇਹਦਾ ਦੁੱਖ ਦੂਰ ਕਰਦੀ ਹੈ। ਜਦ ਅੰਤਰਾਤਮਾ ਨੂੰ ਗੁਰਮਤ ਮਿਲ ਜਾਂਦੀ ਹੈ, ਜੇ ਅੰਤਰਾਤਮਾ ਨੂੰ ਗੁਰਮਤ ਨੂੰ ਮੰਨ ਲਵੇ ਤਾਂ ਦੁੱਖ ਦੂਰ ਕਰ ਦਿੰਦੀ ਹੈ। ਜੇ ਅੰਤਰਾਤਮਾ ਨਾ ਮੰਨੇ, ਲਾਪਰਵਾਹੀ ਕਰ ਜਾਵੇ ਗੁਰਬਾਣੀ ਦੀ, ਫਿਰ ਮਨ ਦੁਖੀ ਰਹਿਣਾ ਹੀ ਹੈ। ਫਿਰ ਮਨ ਸੁਖੀ ਕਿਵੇਂ ਹੋ ਜਾਊਗਾ? ਤੇ ਜੀ ਨਹੀਂ ਸੁਖੀ ਰਹਿ ਸਕਦਾ। ਹਾਂਜੀ, ਗੁਰ ਕਾ ਸ਼ਬਦ ਅੰਮ੍ਰਿਤ ਰਸ ਖਾਇਣ, ਨਾਨਕ ਜਿਸ ਮਨ ਵਸੈ ਤਿਸਕੇ ਸਭ ਦੁੱਖ ਮਿਟਾਇਣ। ਜਿਹੜਾ ਗੁਰ ਕਾ ਸ਼ਬਦ ਹੈ, ਇਹਦੇ ਚ ਅੰਮ੍ਰਿਤ ਰਸ ਖਾਣ ਵਾਲੀ ਚੀਜ਼ ਹੈ। ਜਿਹੜਾ ਗੁਰੂ ਉਪਦੇਸ਼ ਚ ਅੰਮ੍ਰਿਤ ਰਸ ਖਾਂਦਾ, ਨਾਨਕ ਜਿਸ ਮਨ ਵਸੈ, ਜਿਹਦੇ ਵਿੱਚ ਮਨ ਚ ਵਾਜਿਆ, ਤਿਸਕੇ ਸਭ ਦੁੱਖ ਮਿਟਾਇਣ, ਉਹਦੇ ਸਾਰੇ ਦੁੱਖ ਮਿਟ ਜਾਂਦੇ ਨੇ। ਜੇ ਉਹ ਰਸ ਮਨ ਦੇ ਵਿੱਚ ਟਿਕ ਜਾਵੇ ਨਾ, ਜੋ ਗੁਰਬਾਣੀ ਤੋਂ ਮਿਲਦਾ ਸਾਨੂੰ ਰਸ ਗਿਆਨ, ਸਾਰੇ ਦੁੱਖ ਮਿਟਾ ਦਿੰਦਾ। ਹਾਂਜੀ, ਮਹੱਲਾ ਪੰਜਵਾਂ। ਹੁਕਮੀ ਉਛਲੈ ਹੁਕਮੇ ਰਹੈ, ਹੁਕਮੇ ਦੁੱਖ ਸੁਖ ਸਮ ਕਰ ਸਹਿ। ਦੇਖੋ, ਸੁਖ ਨੂੰ ਵੀ ਸਹਿਣਾ ਲਿਖਤਾ, ਸੁਖ ਵੀ ਸਹਿਣਾ ਔਖਾ, ਦੁੱਖ ਤਾਂ ਸਹਿਣਾ ਹੀ ਆ, ਸੁਖ ਵੀ ਸਹਿਣਾ ਪੈਂਦਾ। ਹੁਕਮ ਵੀ ਉਛਲਾ ਹੈ, ਉਛਲਦਾ ਜਦ ਮਨ ਮਨ ਭਾਉਂਦੇ ਹੁਕਮ ਨੂੰ ਉਛਲਦਾ ਹੈ। ਹੁਕਮ ਨੇ ਰਹਿ, ਹੁਕਮ ਦੇ ਵਿੱਚ ਰਹਿੰਦਾ, ਜੇ ਦੂਆ ਹੁਕਮ ਹੋਵੇ ਫਿਰ ਟਿਕਿਆ ਰਹਿੰਦਾ। ਉਛਲਦਾ ਜਿੰਨਾ ਚਿਰ ਆਪਣੇ ਹੁਕਮ ਨਾਲ ਆਪਣੇ ਭਾਣੇ ਚ, ਗੁਰ ਕੇ ਭਾਣੇ ਚ ਆ ਕੇ ਟਿਕ ਜਾਂਦਾ ਰਹਿ, ਫਿਰ ਟਿਕਿਆ ਰਹਿੰਦਾ ਤੇ ਜੰਮਣ ਮਨ ਤੋਂ ਵੀ ਬਚ ਜਾਂਦਾ ਜੇ ਹੁਕਮ ਚ ਰਹੇ। ਇੱਕ ਹੁਕਮ ਇਹਨੂੰ ਉਛਾਲਣ ਵਾਲਾ, ਉਛਲ ਪੁਛਲ ਚ ਪਾਉਣ ਵਾਲਾ, ਜੰਮਣ ਮਨ ਚ ਪਾਉਣ ਵਾਲਾ, ਇੱਕ ਹੁਕਮ ਇਹਨੂੰ ਟਿਕਾ ਕੇ ਰੱਖਣ ਵਾਲਾ, ਸੁਖ ਦੇਣ ਵਾਲਾ, ਜੰਮਣ ਮਨ ਤੋਂ ਰਹਿਤ ਕਰਨ ਵਾਲਾ। ਹੁਕਮ ਹੈ ਦੁੱਖ ਸੁੱਖ ਸਮ ਕਰ ਸਹਿ, ਜਿਹੜਾ ਦੂਆ ਹੁਕਮ ਹੈ ਨਾ ਗੁਰ ਕਾ ਹੁਕਮ, ਉਹਦੇ ਵਿੱਚ ਦੁੱਖ ਔਰ ਸੁੱਖ ਨੂੰ ਸਮ ਕਰਕੇ ਸਹਿੰਦਾ। ਸੁੱਖ ਸਹਿਣਾ ਬਹੁਤ ਔਖਾ ਹੈ, ਦੁੱਖ ਸਹਿਣਾ ਸੌਖਾ ਹੈ। ਸੁੱਖ ਦੇ ਵਿੱਚ ਤਾਂ ਸਭ ਕੁਝ ਭੁੱਲ ਜਾਂਦਾ ਹੈ, ਸੁੱਖ ਚੰਗਾ ਹੀ ਚੰਗਾ ਯਾਦ ਹੁੰਦਾ, ਮਾੜਾ ਕੀਤਾ ਤਾਂ ਯਾਦ ਹੀ ਨਹੀਂ ਹੁੰਦਾ, ਮਾੜਾ ਕੀਤਾ ਹੋਇਆ ਵੀ ਦੁੱਖ ਚ ਯਾਦ ਆਉਂਦਾ। ਹਾਂਜੀ, ਹੁਕਮੇ ਨਾਮ ਜਪੈ ਦਿਨ ਰਾਤ, ਨਾਨਕ ਜਿਸ ਨੂੰ ਹੋਵੇ ਦਾਤ। ਨਾਮ ਜਪਦਾ ਹੁਕਮ ਦੇ ਵਿੱਚ ਰਹਿ ਕੇ ਜਪਿਆ ਜਾ ਸਕਦਾ, ਜਿਹੜਾ ਹੁਕਮ ਦੇ ਅੰਦਰ ਹੈ ਉਹੀ ਦਿਨ ਰਾਤ ਨਾਮ ਜਪ ਸਕਦਾ। ਨਾਨਕ ਜਿਸ ਨੂੰ ਹੋਵੇ ਦਾਤ, ਪਰ ਜਿਹਨੂੰ ਪਰਮੇਸ਼ਰ ਦੇ ਘਰੋਂ ਦਾਤ ਮਿਲ ਜਾਵੇ, ਨਾਮ ਮਿਲ ਜਾਵੇ, ਉਹੀ ਇਹ ਕਰ ਸਕਦਾ। ਇਹ ਦਾਤ ਹੈ, ਦਾਤ ਹੋ ਜਾਵੇ ਜੀ ਤੇ ਦਇਆ ਹੋ ਜਾਵੇ, ਉਹ ਜਪ ਸਕਦਾ ਦਿਨ ਰਾਤ। ਹਾਂਜੀ, ਹੁਕਮੀ ਮਰੈ ਹੁਕਮੇ ਹੀ ਜੀਵੈ, ਹੁਕਮੇ ਨਾਨਾ ਵੱਡਾ ਥੀਵੈ। ਹੁਕਮੀ ਪਹਿਲੇ ਮੰਮੇ ਨੂੰ ਸਿਹਾਰੀ ਹੈ। ਹਾਂਜੀ, ਹੁਕਮ ਦੇ ਅੰਦਰ ਰਹਿ ਕੇ ਮਰ ਜਾਂਦਾ, ਜੇ ਹੁਕਮ ਦੇ ਅੰਦਰ ਰਹਿੰਦਾ ਨਾ, ਹੁਕਮ ਦੇ ਵਿੱਚ ਰਹਿੰਦਾ ਤਾਂ ਮਰਿਆ ਹੋਇਆ। ਖਰਾ ਹੁਕਮ ਜੀਵੈ, ਹੁਕਮ ਦੁਆਰਾ ਜੀਵਦਾ। ਦੂਆ ਜਿਹੜਾ ਹੁਕਮ ਹੈ ਨਾਮ ਹੈ, ਵੀ ਜੇ ਹੁਕਮ ਚ ਰਹਿ ਕੇ ਪਹਿਲਾਂ ਮਰੇ ਤਾਂ ਫਿਰ ਜੀਊਗਾ ਦੁਬਾਰਾ। ਹੈ ਜੀ, ਹੁਕਮ ਹੀ ਬਣ ਜਾਂਦਾ, ਹੁਕਮ ਦੇ ਵਿੱਚ ਰਹਿੰਦਾ, ਹੁਕਮ ਹੀ ਬੰਦਾ ਬਣ ਗਿਆ, ਮਰ ਗਿਆ। ਠੀਕ ਹੈ ਜੀ, ਫਿਰ ਹੁਕਮ ਨਾਲ ਜਿਉਂਦਾ ਹੁੰਦਾ, ਫਿਰ ਤੁਰਕੀ ਬਾਣੀ ਨਾਲ ਫਿਰ ਹੁਕਮ ਜਿਉਂਦਾ ਸਕਦਾ। ਕੋਈ ਜੀਵ ਹੈ, ਹੁਕਮ ਹੈ ਨਾਨਾ ਵੱਡਾ ਜੀਵ ਹੈ, ਹੁਕਮ ਦੇ ਨਾਲ ਛੋਟੇ ਤੋਂ ਵੱਡਾ ਹੋ ਜਾਂਦਾ। ਜਿਹੜਾ ਛੋਟਾ ਹੁੰਦਾ ਨਾ, ਸਭ ਤੋਂ ਛੋਟਾ ਬੀਜ, ਬੀਜ ਸਭ ਤੋਂ ਛੋਟਾ ਹੁੰਦਾ ਨਾ ਕਿਸੇ ਵੀ ਚੀਜ਼ ਦਾ, ਉਹ ਤੋਂ ਵੱਡਾ ਕੀ ਹੁੰਦਾ, ਬਿਰਛ ਬਣ ਜਾਂਦਾ, ਬੀਜ ਤੋਂ ਬਿਰਛ ਹੋ ਜਾਂਦਾ। ਨਾਨਾ ਬੀਜ ਨੂੰ ਕਿਹਾ, ਵੱਡਾ ਬਿਰਛ ਹੁੰਦਾ। ਠੀਕ ਹੈ ਜੀ, ਜਦੋਂ ਨਾਮ ਪਦਾਰਥ ਮਿਲ ਗਿਆ ਫੇਰ ਇਹਨੂੰ ਜਨਮ ਪਦਾਰਥ ਮਿਲ ਜਾਂਦਾ ਹੈ, ਬਿਰਛ ਰੂਪ ਹੋ ਜਾਂਦਾ ਹੈ ਜੀ। ਜਨਮ ਪਦਾਰਥ ਮਿਲ ਜਾਂਦਾ ਹੈ, ਉਗਵੈ, ਇੱਕ ਹੋਏ ਤਾਂ ਉਗਵੈ। ਠੀਕ ਹੈ, ਜਦੋਂ ਉਗ ਪਿਆ ਫਿਰ ਵੱਡਾ ਹੋ ਜਾਂਦਾ, ਵੱਡਾ ਆਪੇ ਹੋ ਗਿਆ। ਹਾਂਜੀ, ਹੁਕਮੇ ਸੋਗ ਹਰਖ ਆਨੰਦ, ਹੁਕਮੇ ਜਪੈ ਨਿਰੋਧਰ ਗੁਰਮੰਤ। ਹੁਕਮ ਦੇ ਵਿੱਚ ਸੋਗ ਹੈ, ਹਰਖ ਆਨੰਦ, ਸਭ ਹੁਕਮ ਦੇ ਵਿੱਚ ਰਹਿ ਗਈ, ਵਿੱਚ ਇੱਕੋ ਹੀ ਹੈ।
ਜਿਹੜਾ ਹੁਕਮ ਹੈ ਸੋਗ ਹਰ ਆਨੰਦ ਉਹਦੇ ਵਾਸਤੇ ਕੋਈ ਚੀਜ਼ ਹੈ। ਹੁਕਮ ਹੈ ਜਪੈ ਨਿਰੋਧ ਗੁਰਮੰਤ, ਹੁਕਮ ਦੇ ਵਿੱਚ ਗੁਰਬਾਣੀ ਜਪਦਾ ਨਿਰੋਧਰ, ਇਹਦੀ ਰੁਕਾਵਟ ਨੀ ਇਹਨੂੰ ਕੋਈ ਪਾ ਸਕਦਾ, ਜਿਹੜੇ ਮੰਤਰ ਨੂੰ ਕੋਈ ਰੋਕ ਕੱਟ ਨਹੀਂ ਸਕਦਾ ਉਹਨੂੰ ਨਿਰੋਧਰ ਕਹਿੰਦੇ ਨੇ। ਇਹਦੀ ਕਾਟ ਨਹੀਂ ਹੈ ਗੁਰਬਾਣੀ ਦੀ ਕੋਈ ਵੀ, ਐਸਾ ਮੰਤਰ ਦੁਨੀਆਂ 'ਚ ਨਹੀਂ ਹੈ ਜਿਹੜਾ ਇਹਦੀ ਕਾਟ ਕਰ ਦੇਵੇ। ਕਾਟ ਹੁੰਦੀ ਹੈ ਵੀ ਇਹ ਮੰਤਰ ਤੁਸੀਂ ਜਪੋਗੇ ਤਾਂ ਤੁਹਾਨੂੰ ਫਲ ਪ੍ਰਾਪਤ ਨਹੀਂ ਹੋਣਾ, ਉਹਨੂੰ ਕਾਟ ਕਹਿੰਦੇ ਨੇ। ਨਿਰੋਧਰ ਉਹ ਹੈ ਕਾਟ, ਜੋ ਮਰਜ਼ੀ ਕਰੀ ਜਾਓ ਉਹਦਾ ਫਲ ਮਿਲੂਗਾ ਹੀ ਮਿਲੂਗਾ। ਗੁਰਬਾਣੀ ਨੂੰ ਸਮਝਣ ਦਾ ਜਪਦਾ ਜਿਹੜਾ ਫਲ ਹੈ ਉਹ ਮਿਲੂਗਾ, ਕੋਈ ਦੁਨੀਆ ਦਾ ਐਸਾ ਮੰਤਰ ਨਹੀਂ ਹੈ ਜਿਹੜਾ ਇਹਦਾ ਫਲ ਤੋਂ ਵਾਂਝਾ ਰੱਖ ਲਵੇ ਤੁਹਾਨੂੰ। ਹਾਂਜੀ, ਹੁਕਮੇ ਆਵਣ ਜਾਣ ਰਹਾਏ ਨਾਨਕ ਜਾ ਕੋ ਭਗਤੀ ਲਾਏ। ਹੁਕਮੇ ਆਵਣ ਜਾਣ ਰਹਾਏ, ਹੁਕਮ ਨਾਲ ਉਹਦਾ ਆਉਣਾ ਜਾਣਾ ਖਤਮ ਹੋ ਜਾਂਦਾ, ਆਉਣ ਜਾਣ ਤੋਂ ਬਚ ਜਾਂਦਾ, ਆਉਣ ਜਾਣ ਤੋਂ ਰਹਿਤ ਹੋ ਜਾਂਦਾ, ਰਿਹਾਈ ਮਿਲ ਜਾਂਦੀ ਹੈ ਆਉਣ ਜਾਣ ਤੋਂ ਉਹਨੂੰ ਜੰਮਣ ਬਣਨ ਤੋਂ। ਨਾਨਕ ਜਾ ਕੋ ਭਗਤੀ ਲਾਏ, ਨਾਨਕ ਕਹਿੰਦਾ ਜਿਹਨੂੰ ਉਹ ਭਗਤੀ ਲਾ ਦੇਵੇ ਉਹਨੂੰ ਆਉਣ ਜਾਣ ਤੋਂ ਛੁਟਕਾਰਾ ਮਿਲ ਜਾਂਦਾ, ਜੰਮਣ ਬਣਨ ਤੋਂ ਛੁਟਕਾਰਾ ਮਿਲ ਜਾਂਦਾ। ਹਾਂਜੀ, ਇਹ ਜਿੱਥੇ ਹੁਕਮ ਦੀ ਗੱਲ ਆ ਰਹੀ ਵਾਰ ਵਾਰ, ਕਿਆ ਇਹ ਆਪਾਂ ਹੁਕਮ ਬੁੱਝਣਾ ਹੈ ਕਿ ਸਭ ਕੁਛ ਹੁਕਮ ਦੇ ਵਿੱਚ ਹੋ ਰਿਹਾ ਹੈ? ਚੱਲ ਹੁਕਮ ਬੁੱਝ ਲਿਆ ਤੇ ਬਾਅਦ ਦੀ ਗੱਲ ਹੈ। ਅੱਛਾ ਜੀ, ਹੁਕਮ ਬੁੱਝਣਾ ਹੀ ਗੁਰਮਤਿ ਭਗਤੀ ਹੈ ਜੀ। ਹਾਂਜੀ ਹਾਂਜੀ, ਤਾਂ ਹੀ ਕਿਹਾ ਨਾ ਜੀ ਫਿਰ ਨਾਨਕ ਜਾ ਕੋ ਭਗਤੀ ਲਾਏ। ਹਾਂਜੀ ਹਾਂਜੀ, ਪੌੜੀ ਹੋਂ ਤਿਸ ਢਾਡੀ ਕੁਰਬਾਨ ਜੇ ਤੇਰਾ ਸੇਵਦਾਰ, ਹੋਂ ਤਿਸ ਢਾਡੀ ਬਲਹਾਰ ਜੇ ਗਾਵੇ ਗੁਣ ਅਪਾਰ। ਦੇਖੋ ਇੱਥੇ ਢਾਡੀ ਲਫ਼ਜ਼ ਵਰਤਿਆ, ਨਾ ਤਾਂ ਰਾਗੀ ਵਰਤਣਾ ਕੀਰਤਨੀ ਵਰਤਿਆ, ਢਾਡੀ ਹੈ ਗੁਣ ਗਾਉਣ ਵਾਲਾ ਹੁੰਦਾ ਹੀ ਢਾਡੀ ਹੈ। ਹਾਂ ਤੇ ਢਾਡੀ ਕੁਰਬਾਨ ਜੇ ਤੇਰਾ ਸੇਵਦਾਰ, ਜਿਹੜਾ ਤੇਰੀ ਸੇਵਾ ਕਰਦਾ ਤੇਰਾ ਸੇਵਦਾਰ ਹੈ, ਦੁਨੀਆ ਨੂੰ ਤੇਰਾ ਨਾਮ ਜਪਾਉਂਦਾ, ਦੁਨੀਆ ਨੂੰ ਤੇਰੇ ਨਾਲ ਜੋੜਦਾ, ਦੁਨੀਆ ਨੂੰ ਤੇਰੇ ਹੁਕਮ ਦੇ ਵਿੱਚ ਰਹਿਣ ਦਾ ਉਪਦੇਸ਼ ਦਿੰਦਾ, ਉਪਦੇਸ਼ ਕਰਦਾ, ਤੇ ਪਾਣੀ ਚੱਲੇ ਦੁਨੀਆ ਤੇਰਾ ਸੇਵਦਾਰ ਹੈ ਉਹ। ਹਾਂ ਤੇ ਢਾਡੀ ਬਲਿਹਾਰ ਜੇ ਗਾਵੇ ਗੁਣ ਅਪਾਰ, ਜਿਹੜਾ ਅਪਾਰ ਗੁਣ ਗਾਇਨ ਕਰਦਾ ਤੇਰੇ, ਉਹ ਢਾਡੀ ਤੋਂ ਮੈਂ ਬਲਿਹਾਰੀ ਜਾਣਾ। ਹਾਂਜੀ, ਸੋ ਢਾਡੀ ਧੰਨ ਧੰਨ ਜਿਸ ਲੋੜੇ ਨਿਰੰਕਾਰ, ਸੋ ਢਾਡੀ ਭਾਗਠ ਜਿਸ ਸੱਚਾ ਦੁਆਰ ਬਾਰ। ਉਹ ਢਾਡੀ ਧੰਨ ਧੰਨ ਜਿਸ ਲੋੜੇ ਨਿਰੰਕਾਰ, ਜਿਹਨੂੰ ਨਿਰੰਕਾਰ ਚਾਹੁੰਦਾ ਹੋਵੇ ਐਸਾ ਢਾਡੀ ਚਾਹੀਦਾ, ਨਿਰੰਕਾਰ ਨੂੰ ਜਿਹੜਾ ਪਾਉਂਦਾ ਹੋਵੇ ਢਾਡੀ, ਐਸੇ ਢਾਡੀ ਤੋਂ ਹੀ ਨਿਰੰਕਾਰ ਬੁਲਾਉਂਦਾ, ਉਹ ਢਾਡੀ ਫਿਰ ਬੋਲਦਾ। ਜਿਹੜਾ ਬੁਲਾਇਆ ਬੋਲਣ ਵਾਲਾ ਢਾਡੀ ਹੋਵੇ, ਉਹ ਨਿਰੰਕਾਰ ਨੂੰ ਐਸੇ ਢਾਡੀ ਦੀ ਲੋੜ ਹੁੰਦੀ ਹੈ, ਲੋੜੇ ਨਿਰੰਕਾਰ ਉਹਨੂੰ ਵੀ ਐਸਾ ਹੀ ਢਾਡੀ ਚਾਹੀਦਾ। ਜਿਹੜਾ ਬੁਲਾਇਆ ਜੈਸੀ ਮੈਂ ਆਵੇ ਖਸਮ ਦੀ ਬਾਣੀ, ਤੈਸਲਾ ਕਰੀ ਗਿਆਨ ਵੇ ਲਾ ਲੋ। ਜਿਹੜਾ ਐਸਾ ਢਾਡੀ ਹੋਵੇ ਜੈਸੀ ਖਸਮ ਦੀ ਬਾਣੀ ਆਉਂਦੀ ਹੈ, ਤੈਸਲਾ ਹੀ ਗਿਆਨ ਕਰੇ, ਐਸੇ ਢਾਡੀ ਹੀ ਨਿਰੰਕਾਰ ਨੂੰ ਲੋੜੀਂਦੇ ਨੇ। ਸੋ ਢਾਡੀ ਭਾਗਠ ਜਿਸ ਸੱਚਾ ਦੁਆਰ ਬਾਰ, ਉਹ ਭਾਗਾਂ ਵਾਲਾ ਜਿਹਦਾ ਦਰਬਾਰ ਕੋਈ ਹੋਵੇ, ਦੁਆਰ ਬਾਰ ਵਾਲਾ ਹੋਵੇ, ਘਰ ਬਾਰ ਵਾਲਾ ਹੋਵੇ, ਸੱਚਖੰਡ ਦਾ ਰਹਿਣ ਵਾਲਾ ਹੋਵੇ, ਉਹ ਪਰਦੇਸੀ ਨਾ ਹੋਵੇ, ਐ ਲੋਕ ਦਾ ਫਿਰਤ ਲੋਕ ਦਾ ਰਹਿਣ ਵਾਲਾ ਨਾ ਹੋਵੇ, ਸੱਚਖੰਡ ਦਾ ਆਪਣੇ ਘਰ ਦਾ ਨਿੱਜ ਘਰ ਦਾ ਵਾਸੀ ਹੋਵੇ। ਨਿੱਜ ਘਰ ਦਾ ਵਾਸੀ ਹੈ, ਉਹਦਾ ਦੁਆਰ ਵੀ ਹੈ, ਉਹਦਾ ਬਾਰ ਵੀ ਹੈ, ਘਰ ਬਾਰ ਵਾਲਾ ਹੋਵੇ, ਢਾਡੀ ਭਾਗਠ ਭਾਗਾਂ ਵਾਲਾ ਉਹ। ਜਦੋਂ ਕਹਿੰਦੇ ਹਾਂ ਤਿਸ ਢਾਡੀ ਕੁਰਬਾਨ ਜੇ ਤੇਰਾ ਸੇਵਦਾਰ, ਉਸ ਤੋਂ ਬਾਅਦ ਕਹਿੰਦੇ ਆ ਸੋ ਢਾਡੀ ਧੰਨ ਧੰਨ ਜਿਸ ਲੋੜੇ ਨਿਰੰਕਾਰ, ਕੀ ਨਿਰੰਕਾਰ ਢਾਡੀ ਨੂੰ ਲੋੜਦਾ ਹੈ ਕਿ ਢਾਡੀ ਨਿਰੰਕਾਰ ਨੂੰ ਲੋੜ ਰਿਹਾ ਜੀ? ਢਾਡੀ ਦਾ ਨਿਰੰਕਾਰ ਆਪੇ ਹੈ, ਉਹਨੂੰ ਤਾਂ ਆਪਣੀ ਸੋਝੀ ਹੋਣੀ ਹੈ, ਪਰਮੇਸ਼ਰ ਨੂੰ ਢਾਡੀ ਦੀ ਲੋੜ ਹੈ। ਹਰ ਯੁਗ ਯੁਗ ਭਗਤ ਪਾਇਆ, ਕੋਈ ਚੀਜ਼ ਆਪਾਂ ਪੈਦਾ ਕਰਦੇ ਹਾਂ ਆਪਣੀ ਲੋੜ ਨੂੰ ਪੈਦਾ ਕਰਦੇ ਹਾਂ, ਨਿਰੰਕਾਰ ਨੂੰ ਢਾਡੀ ਦੀ ਲੋੜ ਹੈ ਜੀ। ਨਹੀਂ ਤਾਂ ਮੈਸੇਜ ਤਾਂ ਉਲਟਾਇਆ ਪਿਆ ਸਾਰਾ ਉਹਦਾ, ਉਹ ਤਾਂ ਸਾਰੀ ਖੇਡੇ ਵਿਗਾੜੀ ਪਈ ਹੈ ਲੋਕਾਂ ਨੇ। ਠੀਕ ਹੈ ਜੀ, ਉਹ ਢਾਡੀ ਤੁਧ ਧਿਆਏ ਕਲਾਣੇ ਦਿਨ ਰਹਿਣਾਰ, ਮੰਗੇ ਅੰਮ੍ਰਿਤ ਨਾਮ ਨਾ ਆਵੇ ਕਦੇ ਹਾਰ। ਉਹ ਢਾਡੀ ਤੁਧ ਧਿਆਏ ਕਲਾਣੇ ਦਿਨ ਰਹਿਣਾਰ, ਉਹ ਜਿਹੜਾ ਢਾਡੀ ਹੈ ਦਿਨ ਰਾਤ ਇੱਕ ਕਰ ਦਿੰਦਾ ਤੇਰੇ ਧਿਆਨ ਦਾ, ਤੈਨੂੰ ਇਹ ਧਿਆਉਂਦਾ ਰਹਿੰਦਾ ਦਿਨ ਰਾਤ, ਤੇਰੇ ਚ ਧਿਆਨ ਲੱਗਦਾ ਦਿਨ ਰਹਿਣਾਰ, ਕਲਾਣੇ ਸਭ ਸੰਸਾਰ ਨੂੰ ਤੋੜ ਕੇ ਤੁਮ ਸੰਗ ਜੋੜੀਏ, ਅਵਰ ਸੰਗ ਤੋੜ ਕੇ ਕੱਲਾ ਹੋ ਕੇ ਅੱਡ ਹੋ ਕੇ ਸੰਸਾਰ ਤੋਂ ਤੇਰੇ ਧਿਆਨ ਜੋੜਦਾ, ਜੋੜਦਾ ਕਿੰਨਾ ਚਿਰ ਦਿਨ ਰਹਿਣ, ਮੰਗਾ ਅੰਮ੍ਰਿਤ ਨਾਮ ਨਾ ਆਵਾ ਕਦੇ ਹਾਰ, ਉਹ ਅੰਮ੍ਰਿਤ ਨਾਮ ਮੰਗਦਾ ਕਿ ਮੈਨੂੰ ਕਦੇ ਹਾਰ ਨਾ ਆਵੇ, ਤੋੜ ਨਾ ਆਵੇ ਨਾਮ ਅੰਮ੍ਰਿਤ ਦੀ, ਇਹ ਮੰਗਦਾ। ਠੀਕ ਹੈ ਜੀ, ਉਹ ਢਾਡੀ ਤੁਧ ਧਿਆਏ
ਕਲਾਣੇ ਦਿਨ ਰਹਿਣਾਰ, ਕਹਿਣ ਦਾ ਮਤਲਬ ਇਕੱਲਾ ਹੋ ਕੇ ਹੈ ਜੀ, ਅੱਡ ਹੋ ਕੇ, ਸੰਸਾਰ ਤੋਂ ਅੱਡ ਹੋ ਕੇ। ਠੀਕ ਹੈ ਜੀ। ਮੰਗੇ ਅੰਮ੍ਰਿਤ ਨਾਮ ਨਾ ਆਵੇ ਕਦੇ ਹਾਰ, ਅੰਮ੍ਰਿਤ ਨਾਮ ਹੀ ਮੰਗਦਾ ਸਿਰਫ। ਠੀਕ ਹੈ ਜੀ। ਕੱਪੜ ਭੋਜਨ ਸੱਚ ਰਹਿੰਦਾ ਲਿਵੇ ਧਾਰ, ਸੋ ਢਾਡੀ ਗੁਣਵੰਤ ਜਿਸ ਨੂੰ ਪ੍ਰਭ ਪਿਆਰ। ਕੱਪੜ ਭੋਜਨ ਸੱਚ, ਖਾਣਾ ਔਰ ਪਹਿਨਣ, ਸੱਚ ਤੋਂ ਬਿਨਾਂ ਉਹਦਾ ਹੋਰ ਕੁਛ ਹੈ ਹੀ ਨਹੀਂ। ਸੱਚ ਦਾ ਹੀ ਕੱਪੜਾ, ਸੱਚ ਦਾ ਹੀ ਖਾਣਾ, ਉਹਦੀ ਲੋੜ ਕੀ ਹੈ? ਕੱਪੜ ਪਹਿਨਣ ਸੱਚ, ਰਹਿੰਦਾ ਲਿਵੇ ਧਾਰ, ਤੇਰੇ ਨਾਲ ਲਿਵ ਜੋੜ ਕੇ ਰਹਿੰਦਾ। ਜਿਵੇਂ ਧਾਰ ਹੁੰਦੀ ਹੈ ਨਾ, ਲਗਾਤਾਰ ਧਾਰ ਪੈਂਦੀ, ਐਂ ਧਾਰ ਨਾਮ ਦੀ ਪੈਂਦੀ ਰਹਿੰਦੀ ਹੈ, ਉਹਦੀ ਲਿਵ ਜੁੜੀ ਰਹਿੰਦੀ ਹੈ ਤੇਰੇ ਨਾਲ। ਸੋ ਢਾਡੀ ਗੁਣਵੰਤ ਜਿਸ ਨੂੰ ਪ੍ਰਭ ਪਿਆਰ, ਉਹ ਢਾਡੀ ਗੁਣਵੰਤ ਹੈ ਜਿਹਨੂੰ ਪ੍ਰਭ ਦੇ ਨਾਲ ਆਪਣੇ ਮੂਲ ਨਾਲ ਪਿਆਰ ਹੋਵੇ। ਉਹੀ ਗੁਣ ਢਾਡੀ ਦੀ ਸਿਫਤ ਕੀਤੀ ਹੈ ਜੀ, ਸਾਰੀਆਂ ਵਾਰਾਂ ਚ ਢਾਡੀ ਦੀ ਇੱਕ ਪੌੜੀ ਜ਼ਰੂਰ ਹੁੰਦੀ ਆਮ। ਹਾਂਜੀ ਹਾਂਜੀ। ਦਰ ਕਦੇ ਨਾ ਛੋੜੇ ਢਾਡੀ ਦਰ ਪ੍ਰਭ ਮੰਗਣਾ। ਹਾਂਜੀ ਹਾਂਜੀ। ਠੀਕ ਹੈ ਜੀ। ਸੋ ਢਾਡੀ ਗੁਣਵੰਤ ਜਿਸ ਨੂੰ ਪ੍ਰਭ ਪਿਆਰ, ਉਹਦੇ ਚ ਸਾਰੇ ਗੁਣ ਆ ਜਾਂਦੇ ਹੈ ਜੀ, ਜਿਹਦੇ ਆਪਣੇ ਮੂਲ ਨਾਲ ਪਿਆਰ ਹੋ ਗਿਆ। ਹਾਂਜੀ।